ਵਸਦੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਦਾ ਉਠਾਇਆ ਉਹ ਬਹੁਤ ਵੱਡਾ ਮੁੱਦਾ ਹੈ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੇਸ਼ ਦੀ ਕੇਂਦਰ ਸਰਕਾਰ ਜਿਸ ਢੰਗ ਨਾਲ ਪੰਜਾਬ ਨੂੰ ਹਰ ਜਗ੍ਹਾ ਤੇ ਇਗਨੋਰ ਕਰਦੀ ਹੈ ਸਾਡਾ ਤੇ ਜੇ ਇਤਿਹਾਸ ਸੀਗਾ ਕਿ 23 ਦੇ ਵਿੱਚ ਜਨਵਰੀ ਤੇ ਜਿਹੜੀਆਂ ਝਾਕੀਆਂ ਨਿਕਲੀਆਂ 26 ਜਨਵਰੀ ਵਾਲੇ ਪ੍ਰੋਗਰਾਮ ਚ ਉਹ ਚ ਵੀ ਸਾਨੂੰ ਇਗਨੋਰ ਕੀਤਾ ਗਿਆ ਪੰਜਾਬ ਨੂੰ ਤੇ ਹੁਣ ਜਿਹੜੀ ਆਉਣ ਵਾਲੀ ਅਗਲੇ ਸਾਲ ਵਾਲੀ 24 ਵਾਲੀ ਜਨਵਰੀ ਹੈ ਉਹਦੇ ਵਿੱਚ ਵੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਜਿਹੜਾ ਕੱਢ ਦਿੱਤਾ ਮੇਰਾ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਹੈ ਜਿਹੜੀ ਇਹ ਸਾਡੇ ਨਾਲ ਪੰਜਾਬ ਨਾਲ ਇਸ ਕਰਕੇ ਦੋ ਕਾਰਨ ਹੈ ਜਿਹਨਾਂ ਕਰਕੇ ਸਾਡੇ ਨਾਲ ਉਹ ਥੋੜੀ ਅੱਖ ਪਾ ਰਹੀ ਹੈ ਇੱਕ ਤਾਂ ਪੰਜਾਬ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਦਿੱਲੀ ਦੀ ਵੀ ਝਾਕੀ ਕੱਢਤੀ ਜਿੱਥੇ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦੂਜਾ ਮੈਂ ਸਮਝਦਾ ਕਿ ਜਿਹੜੇ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਦੋ ਢਾਈ ਸਾਲ ਪਹਿਲਾਂ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਅੰਦੋਲਨ ਹੋਇਆ ਜਿਹੜਾ ਕੋਈ ਡੇਢ ਸਾਲ ਦੇ ਕਰੀਬ ਉੱਥੇ ਚੱਲਿਆ ਔਰ ਪੰਜਾਬ ਦੇ ਕਿਸਾਨਾਂ ਨੇ ਉਹਦੀ ਅਗਵਾਈ ਕੀਤੀ ਔਰ ਕੇਂਦਰ ਸਰਕਾਰ ਨੂੰ ਮੋਦੀ ਨੂੰ ਝੁਕਣਾ ਪਿਆ ਜਿਹੜਾ ਉਹ ਪੰਜਾਬ ਨੂੰ ਮਤਲਬ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਨੂੰ ਉਹ ਸਾਡੇ ਕੋਲ ਬਾਰ ਬਾਰ ਬਾਲਾ ਲੈ ਰਹੇ ਉਸ ਚੀਜ਼ ਦੀ ਜਿਹੜੀ ਖੁੰਦਕ ਹੈ ਉਹ ਬੀਜੇਪੀ ਕੱਢ ਰਹੀ ਆ ਕਦੀ ਸਾਡੇ ਆਰਡੀਐਫ ਫੰਡ ਰੋਕ ਰਹੀ ਹੈ ਤੁਸੀਂ ਸੋਚੋ ਕਿ ਜਿਹੜਾ ਆਰਡੀਐਫ ਫੰਡ ਸੀਗਾ ਸਾਡਾ 5,500 ਕਰੋੜ ਉਹ ਲੱਗਣਾ ਕਿੱਥੇ ਹੈ ਉਹ ਲੱਗਣਾ ਪੰਜਾਬ ਦੀਆਂ ਲਿੰਕ ਰੋਡਾਂ ਦੇ ਉੱਤੇ ਲਿੰਕ ਰੋਡਾਂ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਜਿਹੜੀਆਂ ਛੋਟੇ ਛੋਟੇ ਕਸਬਿਆਂ ਨੂੰ ਜੋੜਦੀਆਂ ਉਹਨਾਂ ਪਿੰਡਾਂ ਦੇ ਵਿੱਚ ਕੌਣ ਰਹਿੰਦਾ ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਰਹਿੰਦੇ ਆ ਇਸ ਕਰਕੇ ਉਹ ਫੰਡ ਰੋਕ ਦਿੰਦੇ ਆ ਗਰੀਬ ਲੋਕਾਂ ਦੇ ਇਲਾਜ ਲਈ ਜਿਹੜੇ ਪੈਸੇ ਸਾਡੇ ਸਿਹਤ ਸਹੂਲਤਾਂ ਵਾਲੇ ਉਹ ਰੋਕ ਦਿੰਦੇ ਆ ਹਰ ਪਾਸੇ ਤੋਂ ਉਹ ਸਾਨੂੰ ਰੋਕਦੇ ਆ ਸਰ ਅਸੀਂ ਸਾਡੇ ਮਤਲਬ ਜਿਹੜਾ ਪੰਜਾਬ ਨੇ ਸ਼ਹੀਦਿਆਂ ਦੇ ਭਗਤ ਸਿੰਘ ਪੈਦਾ ਕੀਤਾ ਪੰਜਾਬ ਨੇ ਕਰਤਾਰ ਸਿੰਘ ਸਰਾਭਾ ਪੈਦਾ ਕੀਤਾ ਪੰਜਾਬ ਨੇ ਸ਼ਹੀਦਾਂ ਦਾ ਊਧਮ ਸਿੰਘ ਪੈਦਾ ਕੀਤਾ ਸਰ ਸਾਡੇ ਮਹਾਨ ਸ਼ਹੀਦਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅੱਜ ਵੀ ਪ੍ਰੈਜ਼ੈਂਟ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਭਾਰਤੀ ਫੌਜਾਂ ਦੇ ਵਿੱਚ ਇਹ ਦੇਸ਼ ਦੀ ਰੱਖਿਆ ਕਰ ਰਹੇ ਅਸੀਂ ਪਹਿਲਾਂ ਦੇਸ਼ ਆਜ਼ਾਦ ਕਰਾਉਣ ਵਾਲੇ ਦੇ ਵਿੱਚ ਬੋਲੀ ਸੀਗੀ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਵੱਖ ਵੱਖ ਫੋਰਸਾਂ ਦੇ ਵਿੱਚ BSF CLP ਜਿਹੜੀ ਭਾਰਤੀ ਫੌਜ ਆ ਉਹਦੇ ਵਿੱਚ ਸਾਡੇ ਜਿਹੜੇ ਸਿੱਖ ਤੇ ਪੰਜਾਬੀ ਜਿਹੜੇ ਸਾਡੇ ਉਹ ਜਿਹੜੇ ਜਵਾਨ ਆ ਉਹਨਾਂ ਦੀਆਂ ਸ਼ਹਾਦਤਾਂ ਹੋਦੀਆਂ ਨੇ ਅਸੀਂ ਇਹ ਦੇਸ਼ ਦਾ ਹਿੱਸਾ ਨਹੀਂ ਇਹ ਦੇਸ਼ ਸਾਡਾ ਨਹੀਂ ਗਾ ਪੰਜਾਬ ਨੇ ਕੀ ਗੁਨਾਹ ਕੀਤਾ ਪੰਜਾਬ ਦੇ ਦੇਸ਼ ਨੂੰ ਅੰਧ ਪੈਦਾ ਕਰਕੇ ਦਿੱਤਾ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੁਣ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ ਸੋ ਮੈਂ ਸਮਝਦਾ ਕਿ ਅੱਜ CM ਸਾਹਿਬ ਨੇ ਜਿਹੜਾ ਇਹ ਮੁੱਦਾ ਉਠਾਇਆ ਬਹੁਤ ਵੱਡਾ ਮੁੱਦਾ ਬਹੁਤ ਸੀਰੀਅਸ ਮੁੱਦਾ ਔਰ ਜਿਹੜੀ ਗੱਲ CM ਸਾਹਿਬ ਨੇ ਪਿਛਲੇ ਦਿਨਾਂ 'ਚ ਕਹੀ ਸੀ ਕਿ ਹੋ ਸਕਦਾ ਜਨ ਗਨ ਮਨ ਦੇ ਵਿੱਚੋਂ ਪੰਜਾਬ ਦਾ ਨਾ ਕਰਦੇ ਮੈਨੂੰ ਲੱਗਦਾ ਕਿ ਉੱਧਰ ਨੂੰ ਵੱਧ ਰਹੇ ਔਰ ਮੇਰੀ ਪੰਜਾਬ ਦੇ ਜਿਹੜੇ BJP ਦੇ ਲੀਡਰ ਹੈ ਜਿਹੜੇ ਬੜੇ ਤਾਜ਼ੇ ਤਾਜ਼ੇ ਲੀਡਰ ਬੜੇ ਪਹਿਲਾਂ ਤਾਂ ਚਲੋ ਕਾਂਗਰਸ ਦੇ ਹੁਣ ਉਹ ਤਾਜ਼ੇ ਤਾਜ਼ੇ ਲੀਡਰ ਬੜੇ ਆ ਬੜੀਆ ਅੱਜ ਕੱਲ੍ਹ ਉਹ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ ਜਾਖੜ ਸਾਹਿਬ ਹੋਣੀ ਕੈਪਟਨ ਸਾਹਿਬ ਹੋਣੀ ਉਹਨਾਂ ਦੀ ਟੀਮ ਜਿਹੜੀ ਆ ਸਭ ਉਹ ਜਵਾਬ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਸਾਡੀਆਂ ਝਾਕੀਆਂ ਕਿਉਂ ਕੱਢੀਆਂ ਜਾ ਰਹੀਆਂ ਸਾਡੇ ਸ਼ਹੀਦ ਭਗਤ ਸਿੰਘ ਨੂੰ ਸਾਡੇ ਕਲਚਰ ਨੂੰ ਸਾਡੇ ਕਰਤਾਰ ਸਰਾਭੇ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਕਿਉਂ ਨਹੀਂ ਦਿਖਾਇਆ ਜਾ ਰਿਹਾ ਨੈਸ਼ਨਲ ਲੈਵਲ ਤੇ ਤਾਂ ਸ਼ਹੀਦਿਆਂ ਦੇ ਭਗਤ ਸਿੰਘ ਨੂੰ ਸਭ ਲੋਕ ਜਾਣਦੇ ਆ ਜਿਹੜੇ ਵਿਦੇਸ਼ੀ ਮਹਿਮਾਨ ਆਉਂਦੇ ਆ ਇਹਨਾਂ ਪਰੇਡਾਂ ਦੇ ਉੱਤੇ ਉਹਨਾਂ ਦੇ ਅੱਗੇ ਪੰਜਾਬ ਦਾ ਪੱਖ ਜਿਹੜਾ ਇਹਨਾਂ ਝਾਕੀਆਂ ਦੇ ਰਾਹੀਂ ਜਾਂਦਾ ਕਿਹੜੀ ਕਿਹੜੀ ਸਟੇਟ ਦੋਸਤਾਂ ਦੀ ਕੀ ਕਰਦੀ ਹੈ ਸੋ ਮੈਂ ਸਮਝਦਾ ਕਿ BJP ਨੇ ਅੱਜ BJP ਦਾ ਜਿਹੜਾ ਫੈਸਲਾ ਹੈ ਕੇਂਦਰ ਸਰਕਾਰ ਦਾ ਜਿਹੜਾ ਫੈਸਲਾ ਇਹ ਬਹੁਤ ਘਟੀਆ ਨਿੰਦਣਯੋਗ ਹੈ ਔਰ ਉਹਦੀਆਂ ਇਹ ਜਿਹੜੀਆਂ ਨੀਤੀਆਂ ਪੰਜਾਬ ਵਿਰੋਧੀ ਇਹਦੇ ਵਿਰੁੱਧ ਆਪਾਂ ਸਾਰਿਆਂ ਨੂੰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਆਵਾਜ਼ ਜਿਹੜੀ ਬੁਲੰਦ ਕਰਨੀ ਪਊਗੀ ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜਨੀ ਪਊਗੀ ਜਿਸ ਤਰ੍ਹਾਂ ਸੂਬਿਆਂ ਦਾ ਗਲਾ ਘੁੱਟ ਰਹੀ ਆ BJP ਸਹਿ ਸਹਿ ਦੇ ਆਪਣੇ ਵਿਰੋਧੀ ਸੂਬੇ ਦਾ ਰਾਜਨੀਤਿਕ ਵਿਰੋਧੀ ਪਾਰਟੀਆਂ ਦੇ ਸੂਬੇ ਦਾ ਉਹ ਬਹੁਤ ਦੇਸ਼ ਲਈ ਖਤਰਨਾਕ ਹੈ ਔਰ ਮੈਂ ਇਸ ਕਾਰਵਾਈ ਦੀ ਮਤਲਬ ਜਿਹੜਾ ਕੇਂਦਰ ਸਰਕਾਰ ਦੀ ਤੇ BJP ਦੀ ਨਿੰਦਿਆ ਕਰਦਾ ਔਰ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਟੈਂਡ ਨੂੰ ਜਿਹੜਾ ਦੁਸਤ ਸਟੈਂਡ ਮੰਨਦਾ ਔਰ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਇਹਦੇ ਲਈ ਜੋ ਵੀ ਕਰਨਾ ਪਏ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ ਧੰਨਵਾਦ ਜੀ ਵਾਹਿਗੁਰੂ ਜੀ